ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਗੁਰ ਰੰਧਾਵਾ। ਜਿਵੇਂ ਕਿ ਪਿਛਲੇ ਕਾਫੀ ਦਿਨਾਂ ਤੋਂ ਕਰੋਨਾ ਵਾਇਰਸ ਦੀ ਜਿਹੜੀ ਤਬਾਹੀ ਮੱਚੀ ਪਈ ਆ ਔਰ ਕਾਫੀ ਦੇਸ਼ਾਂ ਦੇ ਵਿੱਚ ਨੁਕਸਾਨ ਵੀ ਹੋ ਰਿਹਾ ਔਰ ਪਰਮਾਤਮਾ ਦੀ ਕਿਰਪਾ ਰਹੇ ਸਾਡੇ ਮੁਲਕ 'ਤੇ ਬਚਾ ਰਹੇ, ਪਰ ਸਾਡੇ ਬਹੁਤ ਸਾਰੇ ਕੋਈ ਪੰਜਾਬੀ ਵੀਰ ਉਸ ਹੋਰ ਸਟੇਟਾਂ ਦੇ ਉਹਨਾਂ ਦਾ ਮਜ਼ਾਕ ਬਣਾ ਰਹੇ ਆ। ਇਹ ਮਜ਼ਾਕ ਦਾ ਵਿਸ਼ਾ ਨਹੀਂ ਆ, ਅਤੇ ਖਾਸ ਕਰਕੇ ਸਾਡੀ ਫਿਲਮ ਇੰਡਸਟਰੀ ਦੇ ਬਹੁਤ ਹੀ ਹਰਮਨ ਪਿਆਰੇ ਕਲਾਕਾਰ ਉਹ ਵੀ ਇਹਨਾਂ ਨੂੰ ਸਕਿੱਟਾਂ ਦੇ ਰੂਪ ਵਿੱਚ ਜਾਂ ਇੱਕ ਮਜ਼ਾਕੀਆ ਲਹਿਜੇ ਦੇ ਨਾਲ ਪੇਸ਼ ਕਰ ਰਹੇ ਆ, ਪਰ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਮਜ਼ਾਕ ਨਹੀਂ ਕਰਦੇ। ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਜੇ ਭਿਆਨਕ ਜਿਹੜੀ ਬਿਮਾਰੀ ਹੈ ਨਾ ਇੱਥੇ ਹੀ ਰੁਕ ਜਾਵੇ। ਬੜਾ ਦੁੱਖ ਲੱਗਦਾ ਜਦੋਂ ਕਿਸੇ ਦੇ ਪਰਿਵਾਰ ਨਾਲ ਇਹ ਬਿਮਾਰੀ ਵਾਪਰ ਰਹੀ ਹੈ ਨਾ, ਤਾਂ ਪਰਿਵਾਰ ਦਾ ਦੁੱਖ ਸੁਣੋ ਅਤੇ ਉਹ ਦੁੱਖ ਨੂੰ ਮਹਿਸੂਸ ਕਰੋ। ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਪੰਜਾਬੀ ਹਾਂ, ਆਪਾਂ ਸਰਬੱਤ ਦਾ ਭਲਾ ਮੰਗਣਾ ਆ, ਮਜ਼ਾਕ ਨਹੀਂ ਕਰਨਾ। ਦੁੱਖ ਦੁੱਖ ਹੁੰਦਾ, ਦੁੱਖ ਨੂੰ ਮਹਿਸੂਸ ਕਰਨਾ ਚਾਹੀਦਾ। ਅਤੇ ਮੈਂ ਆਸ ਕਰਦਾ ਕਿ ਸਾਰੇ ਸਾਡੀ ਫਿਲਮ ਇੰਡਸਟਰੀ ਦੇ ਕਲਾਕਾਰ ਆਪਣੇ ਸੁਝਾਅ ਦੇਣਗੇ, ਪੋਜ਼ੀਟਿਵ ਮੈਸੇਜ ਦੇਣਗੇ, ਕਿਉਂਕਿ ਕਲਾਕਾਰਾਂ ਜਿਹੜੇ ਮੈਸੇਜ ਹੁੰਦੇ ਆ, ਜਿਹੜੇ ਵਿਚਾਰ ਹੁੰਦੇ ਆ, ਉਹ ਪਬਲਿਕ 'ਤੇ ਬਹੁਤ ਜ਼ਿਆਦਾ ਅਸਰ ਕਰਦੇ ਆ ਅਤੇ ਅਸਰ ਕਰਨਗੇ। ਸਤਿ ਸ਼੍ਰੀ ਅਕਾਲ ਜੀ।